ਬਹੁਤ ਸ਼ੁਕਰੀਆ, ਬੜੀ ਮਾਜ਼ਰਤ ਚਾਹੁੰਦੀ ਹਾਂ। ਅੱਜ ਇਤਵਾਰ ਹੈ ਔਰ ਮੈਂ ਬੜੇ ਦਿਨਾਂ ਤੋਂ ਆਪਣੀ ਬੇਟੀ ਨੂੰ ਖਾਣੇ 'ਤੇ ਲੈ ਕੇ ਜਾਣਾ ਸੀ। ਉਹ ਪੂਰੇ ਪੇਂਟਿੰਗ ਦੇ ਮੁਕਾਬਲੇ 'ਚ ਸੈਕਿੰਡ ਆਈ ਹੈ ਸਾਰੇ ਅੰਗਰੇਜ਼ੀ ਸਕੂਲਾਂ 'ਚ, ਅਤੇ ਉਹ ਫਿਰ ਤੁਹਾਨੂੰ ਪਤਾ ਕਿ ਬੱਚੇ ਨਹੀਂ ਮੰਨਦੇ ਨਾ, ਛੁੱਟੀ ਵਾਲਾ ਦਿਨ ਹੈ। ਲੇਕਿਨ ਤੁਹਾਡੀ ਇਜਾਜ਼ਤ ਨਾਲ ਦੋ ਤਿੰਨ ਬੋਲੀਆਂ। ਪਹਿਲੇ ਬਾਬਾ ਜੀ, ਕਿ ਮੇਰੇ ਜੁੱਸੇ ਵਿੱਚ ਢੋਲ ਵਾਂਗ ਵਜਿਆ, ਮੇਰੇ ਜੁੱਸੇ ਵਿੱਚ ਢੋਲ ਵਾਂਗ ਵਜਿਆ ਅਤੇ ਮੈਂ ਵਸੋਂ ਬਾਹਰ ਹੋ ਗਈ। ਮੇਰੇ ਜੁੱਸੇ ਵਿੱਚ ਢੋਲ ਵਾਂਗੂ ਵਜਿਆ ਅਤੇ ਮੈਂ ਵਸੋਂ ਬਾਹਰ ਹੋ ਗਈ। ਔਰ ਕਿਸੇ ਨੀਜ ਲਾ ਕੇ ਫੁੱਲਾਂ ਵੱਲ ਤੱਕਿਆ ਅਤੇ ਫੁੱਲ ਖੁਸ਼ਬੋ ਬਣ ਗਏ। ਇਸੇ 'ਤੇ ਇੱਕ ਹੋਰ ਹੈ ਕਿ ਉਹਨੇ ਤੱਕਿਆ ਏ ਇੰਝ ਨੀਜ ਲਾ ਕੇ ਅਤੇ ਪਿੰਡੇ ਉੱਤੇ ਨੀਲ ਪੈ ਗਏ। ਉਹਨੇ ਤੱਕਿਆ ਏ ਇੰਝ ਨੀਜ ਲਾ ਕੇ ਅਤੇ ਪਿੰਡੇ ਉੱਤੇ ਨੀਲ ਪੈ ਗਏ। ਬਹੁਤ ਸ਼ੁਕਰੀਆ। ਔਰ ਦੋ ਜਦੀਦ ਬੋਲੀਆਂ, ਕਿ ਤੇਰੀ ਫੋਟੋ ਨੂੰ ਤਰਸ ਗਈ ਜਿੰਦੜੀ, ਤੂੰ ਕਿਉਂ ਨਹੀਂ ਵਟਸਐਪ ਕਰਦਾ। ਤੇਰੀ ਫੋਟੋ ਨੂੰ ਤਰਸ ਗਈ ਜਿੰਦੜੀ, ਤੂੰ ਕਿਉਂ ਨਹੀਂ ਵਟਸਐਪ ਕਰਦਾ। ਨੀਵੇਂ ਈਮੇਲ ਮਾਹੀ ਦੀ ਸੀ ਪੜ੍ਹਨੀ ਅਤੇ ਨੈੱਟ ਭੈੜਾ ਬੰਦ ਹੋ ਗਿਆ। ਨੀਵੇਂ ਈਮੇਲ ਮਾਹੀ ਦੀ ਸੀ ਪੜ੍ਹਨੀ ਅਤੇ ਨੈੱਟ ਭੈੜਾ ਬੰਦ ਹੋ ਗਿਆ। ਦੋ ਸ਼ੇਰ ਸਿਰਫ ਕਿ ਸਾਵਾਂ ਵਿੱਚ ਪਰੋਵੇ ਮਾਹੀ, ਬਣ ਜਾ ਮੈਂ ਖੁਸ਼ਬੋਵੇ ਮਾਹੀ। ਔਰ ਤੱਕਣਾ ਕਿਹੜਾ ਬਹੁਤਾ ਸੋਹਣਾ, ਚੰਨ ਦੇ ਨਾਲ ਖਲੋਵੇ ਮਾਹੀ। ਤੱਕਣਾ ਕਿਹੜਾ ਬਹੁਤਾ ਸੋਹਣਾ, ਚੰਨ ਦੇ ਨਾਲ ਖਲੋਵੇ ਮਾਹੀ। ਔਰ ਅੱਜ ਮੈਂ ਤੇਰਾ ਸੁਫਨਾ ਬਣਨਾ, ਅੱਖ ਦਾ ਬੂਹਾ ਢੋਵੇ ਮਾਹੀ। ਔਰ ਸ਼ਰੀਕਾਂ ਵਾਲੀ ਸ਼ੇਰ, ਕਿ ਵਿੱਚ ਸ਼ਰੀਕਾਂ ਆਪਣਾ ਮਨ ਲੈ, ਧੋਣੇ ਸਾਰੇ ਧੋਵੇ ਮਾਹੀ। ਔਰ ਹਾਲੇ ਲੰਮੀ ਰਾਤ ਨਹੀਂ ਮੁੱਕੀ, ਨਵੀਂ ਕਹਾਣੀ ਛੋਵੇ ਮਾਹੀ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ।